ਸਮਾਣਾ ਸਿਟੀ ਪੁਲਿਸ ਵੱਲੋਂ ਸ਼ਹਿਰ ਦੇ ਵਿੱਚ ਇੱਕ 6ਵੀਂ ਕਲਾਸ 'ਚ ਪੜ੍ਹਨ ਵਾਲੀ ਵਿਦਿਆਰਥਣ ਦੇ ਨਾਲ ਇੱਕ ਦੁਕਾਨਦਾਰ ਵੱਲੋਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਪੁਲਿਸ ਨੇ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਕਥਿਤ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਖਿਲਾਫ਼ IPC ਕੀ ਧਾਰਾ 354 ਪਾਸਕੋ ਐਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ। ਇਸ ਦੇ ਬਾਰੇ ਜਾਣਕਾਰੀ ਸਮਾਣਾ ਸਿਟੀ ਪੁਲਿਸ ਦੇ ਇੰਚਾਰਜ ਤੇਜਿੰਦਰ ਸਿੰਘ ਵੱਲੋਂ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਕਥਿਤ ਆਰੋਪੀ ਦੀ ਮੈਡੀਕਲ ਜਾਂਚ ਦੇ ਬਾਅਦ ਸਮਾਣਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਦੂਜੇ ਪਾਸੇ ਜਿਹੜੇ ਕਥਿਤ ਦੋਸ਼ ਜਿਸ 'ਤੇ ਲੱਗੇ ਹਨ, ਉਸ ਵਿਅਕਤੀ ਵੱਲੋਂ ਕਿਹਾ ਗਿਆ ਕਿ ਮੇਰੇ ਉੱਪਰ ਲਾਏ ਗਏ ਦੋਸ਼ ਜਿਹੜੇ ਲਾਏ ਹੈ ਉਹ ਸਾਰੇ ਦੋਸ਼ ਝੂਠੇ ਹਨ। ਪੀੜਿਤ ਲੜਕੀ ਦੇ ਪਿਤਾ ਨੇ ਕਿਹਾ ਕਿ ਮੇਰੀ ਲੜਕੀ ਦੇ ਨਾਲ ਜਿਹੜਾ ਗਲਤ ਕੰਮ ਹੋਇਆ ਹੈ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਸਾਰਾ ਮਾਮਲਾ ਅਦਾਲਤ ਦੇ ਵਿੱਚ ਹੈ, ਅਦਾਲਤ ਵੱਲੋਂ ਇਸ 'ਤੇ ਕਾਰਵਾਈ ਕੀਤੀ ਜਾਣੀ ਹੈ। ਹਾਂਜੀ ਹਾਂ, ਕਾਰਵਾਈ ਹੋ ਰਹੀ ਹੈ। ਹਾਂਜੀ ਹਾਂਜੀ, ਇੱਧਰ ਦੁਕਾਨਦਾਰ ਇੱਕ, ਉਹਨੇ ਮੇਰੇ ਬੱਚੇ ਨਾਲ ਗਲਤ ਹਰਕਤ ਕੀਤੀ, ਉਹ ਸਾਨੂੰ ਅੱਜ ਪਤਾ ਹੁਣ ਸਕੂਲ ਟਾਈਮ ਤੋਂ ਬਾਅਦ ਦੀ ਗੱਲ ਹੈ। ਹਾਂਜੀ ਨਹੀਂ ਜੀ, ਲੇਟ ਆ ਇਹਨੇ, ਇਹ ਬਿਲਕੁਲ ਝੂਠ ਹੈ ਜੀ। ਇਹ ਉਹਦਾ ਬੱਚੇ ਬਿੱਤੇ ਸਮਾਨ ਲੈਣ ਆਉਂਦਾ ਹੁੰਦਾ ਸੀ ਉਹ, ਅਤੇ ਪਰਸੋਂ ਚੌਥੇ ਮੈਨੂੰ ਸਮਾਨ ਜਵਾਬ ਦੇ, ਮੈਂ ਪਿਛਲੇ ਪੈਸੇ ਦਿਓ ਜੀ। ਉਹ ਜਾ ਕੇ ਮੰਮੀ ਨੂੰ ਪਤਾ ਕੀ ਕਿਹਾ ਕੀ ਨਹੀਂ ਉਸਨੇ ਜੀ, ਲਿਆ ਕੇ ਜੀ ਆਪਣੀ ਮੰਮੀ ਨੂੰ ਲਿਆ ਕੇ ਜੀ, ਮੇਰੇ ਆਹ ਤੁਹਾਡੇ ਹਾਲ ਤੁਹਾਡੇ ਸਾਹਮਣੇ ਬਿਲਕੁਲ 100-101 ਮਿੰਟ ਗਲਤ ਜੀ। ਕੱਲ੍ਹ ਇੱਕ ਸਾਨੂੰ ਤਲਾਹ ਆਈ ਸੀ ਵੀ ਇੱਕ ਛੋਟੀ ਬੇਟੀ ਆ, ਉਹਦੇ ਨਾਲ ਕੋਈ ਗਲਤ ਕੰਮ ਹੋਇਆ, ਜਿਸ 'ਤੇ ਅਸੀਂ ਇੱਕ ਮੁਕੱਦਮਾ ਦਰਜ ਕੀਤਾ ਲੜਕੀ ਦੀ ਜਿਹੜੀ ਮਾਂ ਦੇ ਬਿਆਨ ਦੇ ਉੱਪਰ। ਤੋ ਜਿਹੜਾ ਮਾਮਲਾ ਦਰਜ ਕਰਕੇ ਅਸੀਂ ਦੋਸ਼ੀ ਨੂੰ ਕੱਲ੍ਹ ਅਰੈਸਟ ਕਰ ਲਿਆ ਹੈ। ਤੋ ਅੱਜ ਜਿਹੜਾ ਦੋਸ਼ੀ ਆ ਉਹਨੂੰ ਅਸੀਂ ਪੇਸ਼ ਅਦਾਲਤ ਕਰਾਂਗੇ। ਇਹ 354(b)(12) ਪਾਸਕੋ ਐਕਟ 'ਤੇ ਅਸੀਂ ਪਰਚਾ ਦਰਜ ਕੀਤਾ ਹੈ, ਅਤੇ ਦੋਸ਼ੀ ਜਿਹੜਾ ਆ ਉਹ ਗ੍ਰਿਫਤਾਰ ਆ ਗਿਆ ਸਾਡੇ, ਅਸੀਂ ਅੱਜ ਉਹਨੂੰ ਪੇਸ਼ ਅਦਾਲਤ ਕਰਾਂਗੇ, ਅੱਜ ਉਹਨੂੰ ਅਦਾਲਤ ਵਿੱਚ ਪੇਸ਼ ਕਰਾਂਗੇ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।